नमस्कार, मैं हूं आपके साथ सोनिया चौहान। पंजाब की खबरों में आप सभी का स्वागत है। रुक करते हैं खबरों की ओर। पंजाब कांग्रेस के वडिंग मुख्यालय में पंजाब कांग्रेस के सभी जिलाध्यक्षों के साथ मीटिंग की, और मीटिंग से पहले मीडिया से बातचीत करते हुए राजा वडिंग ने कहा कि जालंधर में उपचुनाव वाले हैं और साथ ही जिसको लेकर हम तैयारी कर रहे हैं, और साथ ही उन्होंने कहा कि सभी जिला प्रधानों के साथ ही मीटिंग की जाएगी जिसमें आने वाले चुनाव को लेकर समीक्षा की जाएगी। चिट्ठी बारे मैनू जानकारी नहीं है कि किसी ने चिट्ठी लिखी है, बट अगर कोई जमीन दी ऐसा मसला हैगा ते ओरे दोनों को भूख पड़ताल हो जानी चाहिए की है, बट मैनू एरे बारे कोई जानकारी नहीं है। मेरा ख्याल असी अज अपना जड़ा उम्मीदवार है वो ऐलान देंगे। अज कांग्रेस पार्टी का उम्मीदवार ਐਲਾਨੇ ਜਾਣ ਦੀ ਸੰਭਾਵਨਾ ਹੈ। ਪੰਜਾਬ ਦੇ ਵਿੱਚ ਬਿਜਲੀ ਕੱਟਾਂ ਨੂੰ ਲੈ ਕੇ ਲੋਕ ਪਰੇਸ਼ਾਨ ਨੇ। ਇੱਕ ਪਾਸੇ ਮੁੱਖ ਮੰਤਰੀ ਕਹਿੰਦੇ ਵੀ ਅਸੀਂ ਹੋਰ ਵੱਧ ਬਿਜਲੀ ਜਿਹੜੀ ਹੈਗੀ ਉਹ, ਦੇਖੋ ਮੁੱਖ ਮੰਤਰੀ ਸਾਹਿਬ ਕੀ ਕਹਿੰਦੇ ਆ, ਮੁੱਖ ਮੰਤਰੀ ਸਾਹਿਬ ਕੀ ਨਹੀਂ ਕਹਿੰਦੇ ਇਹਦੇ ਤੇ ਮੈਂ ਟਿੱਪਾ ਟਿੱਪਣੀ ਨਾ ਕਰਦੇ ਹੋਏ, ਕਿਉਂਕਿ ਮੁੱਖ ਮੰਤਰੀ ਸਾਹਿਬ ਕਈ ਬਹੁਤ ਸਾਰੀਆਂ ਗੱਲਾਂ ਕਹਿ ਦਿੰਦੇ, ਲੇਕਿਨ ਬਿਜਲੀ ਸੰਕਟ ਬਹੁਤ ਵੱਡਾ ਹੈ। ਮੈਂ ਲੁਧਿਆਣੇ ਦੀ ਗੱਲ ਕਰਾਂ ਤਾਂ 48-48 ਘੰਟੇ ਲੁਧਿਆਣੇ 'ਚ ਬਿਜਲੀ ਹੈ ਨਹੀਂ ਹੈ, ਜਿਹੜਾ ਕਿ ਮਹਾਨਗਰ ਹੈ, ਸਭ ਤੋਂ ਵੱਡਾ ਸ਼ਹਿਰ ਹੈ। ਅੱਜ ਜਿਹੜੀ ਬਿਜਲੀ ਦੀ ਪੋਲ ਸੀਗੀ ਜਿਹੜੀ ਸਰਕਾਰ ਦੀ, ਉਹ ਖੁੱਲ ਗਈ। ਉਹ ਪਿਛਲੀ ਵਾਰੀ ਵੀ ਜਿਹੜੀ ਬਿਜਲੀ ਵਾਧੂ ਦੀ ਗੱਲ ਕਰਦੇ ਸੀ, ਬਾਰਿਸ਼ ਬਹੁਤ ਹੋ ਗਈ ਔਰ ਫਲੱਡ ਆ ਗਏ, ਔਰ ਉੱਥੇ ਜਿਹੜੀ ਬਿਜਲੀ ਵਾਧੂ ਹੋ ਗਈ ਉਹ ਅਸੀਂ ਕਿਸਾਨਾਂ ਨੂੰ ਦੇਤੀ। ਲੋਕਾਂ ਨੇ ਆਖਿਆ ਕਿ ਸ਼ਾਇਦ 12 ਘੰਟੇ ਬਿਜਲੀ ਦੇਤੀ ਹੈ। ਸੋ ਬਿਜਲੀ ਦਾ ਬਹੁਤ ਮਾੜਾ ਹਾਲ ਹੈ, ਔਰ ਜਿਸ ਪ੍ਰਕਾਰ ਦੇ ਹਾਲਾਤ ਨੇ ਬਿਜਲੀ ਬੋਰਡ ਦੇ, ਮੈਨੂੰ ਤਾਂ ਲੱਗਦਾ ਕਿ ਕਿਸੇ ਦਿਨ ਨੂੰ ਤਾਲਾ ਲੱਗ ਜਾਣਾ। ਹੁਣ ਫਿਰ ਬਿਜਲੀ ਦੀ ਰੇਟ ਵਧਾ ਦਿੱਤੇ ਗਏ ਨੇ, ਜਨਤਾ ਤੇ ਵਾਧੂ ਦਾ ਬੋਝ ਜਿਹੜਾ ਹੈਗਾ ਉਹ ਸਰਕਾਰ ਨੇ ਪਾਇਆ ਹੈਗਾ। ਸੋ ਮੈਂ ਸਮਝਦਾ ਕਿ ਮੁੱਖ ਮੰਤਰੀ ਸਾਹਿਬ ਇਸ ਵੱਲ ਤਵੱਜੋ ਦੇਣ, ਜਿਸ ਪ੍ਰਕਾਰ ਗਰਮੀ ਵੱਧ ਰਹੀ ਹੈ, ਗਰਮੀ ਦਾ ਪ੍ਰਕੋਪ ਵੱਧ ਰਿਹਾ, ਉਸ ਪ੍ਰਕਾਰ ਬਿਜਲੀ ਦੇ ਬਹੁਤ ਮਾੜੇ ਹਾਲਾਤ ਹਨ। ਰੋਜ਼ 2-3 ਵਾਰੀ ਚੇਅਰਮੈਨ ਸਾਹਿਬ ਨਾਲ ਵੀ ਗੱਲ ਹੋਈ, ਲੇਕਿਨ ਉਹਨਾਂ ਨੇ ਕਿਹਾ ਹੋ ਰਿਹਾ, ਹੋ ਜਾਏਗਾ, ਕਰ ਦਿਆਂਗੇ, ਠੀਕ ਹੋ ਜਾਏਗਾ, ਲੇਕਿਨ ਲੋਕਾਂ ਨੂੰ ਪੀਣ ਵਾਲੇ ਪਾਣੀ ਤੋਂ ਵੀ ਦਿੱਕਤ ਆ ਗਈ, ਕਿਉਂਕਿ ਬਿਜਲੀ ਹੈ ਨਹੀਂ ਤਾਂ ਮੋਟਰ ਨਹੀਂ ਚੱਲਦੀ, ਮੋਟਰ ਨਹੀਂ ਚੱਲਦੀ ਤਾਂ ਪਾਣੀ ਨਹੀਂ ਆਉਂਦਾ। धर्मांतरण और पाखंडवाद जैसे गंभीर मुद्दों को लेकर चिंतित संत समाज ने डिप्टी कमिश्नर के कार्यालय को एक मांग पत्र भेजा है और इस मुद्दे पर चिंता व्यक्त करने को कहा गया। उदासीन टकसाल संगठन के प्रधान गुरप्रीत सिंह, कैलिफोर्निया और अन्य संगठनों ने नेताओं के इसकी जानकारी देते हुए कहा कि वे धर्मांतरण और पाखंड को रोकना चाहते हैं। बता दें कि पादरी चमत्कारी उपदेशों के जरिए लोगों को मूर्ख बनाकर धर्म का प्रचार कर रहे हैं और बड़ी संख्या में लोग हिंदू धर्म, सिख धर्म छोड़कर ईसाई धर्म में शामिल हो रहे हैं, जिसका वो विरोध नहीं करते हैं। और जब पादरी उन लोगों को ये उपदेश देकर और शैतान की संगति में झुकने और प्रसाद खाने से इनकार करके डराते हैं तो इसे पाप कहा जाता है, जिसे धार्मिक भावनाएं आहत होती हैं। ਉਦਾਸੀ ਮੁਖੀ ਉਦਾਸੀ ਟਕਸਾਲ ਇੰਟਰਨੈਸ਼ਨਲ, ਹਾਂਜੀ, USA ਤੋਂ ਮੈਂ ਆਇਆ ਅਤੇ ਇਹ ਲਗਾਤਾਰ 3-4 ਸਾਲ ਹੋ ਗਏ ਨੇ, ਇਹ ਜਿਹੜੇ ਪਾਸਟਰਸ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਸੇਡ ਕਾਲ ਕਰ ਦਿੰਦੇ ਨੇ, ਜਿਹਨੂੰ ਅਸੀਂ ਦੂਸਰੇ ਧਰਮਾਂ ਦੇ ਖਿਲਾਫ ਹਥਿਆਰਬੱਧ ਜੰਗ ਦਾ ਨਾਮ ਦਿੰਦੇ ਹਾਂ, ਕਤਲੋਆਮ ਦਾ ਨਾਮ ਦਿੰਦੇ ਹਾਂ। ਇਹ ਅੰਕੁਰ ਨਰੂਲ ਹੈ ਅੰਮ੍ਰਿਤਸਰ ਦੇ ਵਿੱਚ, ਉਹਨੇ ਪਿਛਲੇ ਹਫ਼ਤੇ ਇਹ ਉਹਨੇ ਇਹ ਕਾਲ ਕੀਤਾ, ਜਿਹਦੇ ਖਿਲਾਫ ਅਸੀਂ ਅੱਜ DC ਸਾਹਿਬ ਨੂੰ ਪਰਚਾ ਮੰਗ ਪੱਤਰ ਦੇ ਕੇ ਆਏ ਹਾਂ ਤਾਂ ਕਿ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ, ਇਹਨੂੰ ਜਿਹੜਾ ਅੰਡਰ ਦਾ ਐਕਟ ਆਫ ਟੈਰਰਿਜ਼ਮ ਨੂੰ ਬੁੱਕ ਕੀਤਾ ਜਾਵੇ,
ਇਹ ਦੇਸ਼ ਦੀ ਏਕਤਾ ਅਖੰਡਤਾ ਵਾਸਤੇ ਇਹ ਜਿਹੜਾ ਇਹ ਵੱਡਾ ਖਤਰਾ ਹੈ। ਜੇ ਇਹ ਲੋਕ ਨਹੀਂ ਰੋਕੇਗੇ ਤਾਂ ਕੱਲ੍ਹ ਨੂੰ ਤਲਵਾਰਾਂ ਉੱਠਣਗੀਆਂ, ਬੰਦੂਕਾਂ ਉੱਠਣਗੀਆਂ ਅਤੇ ਇੱਥੇ ਵਿੱਚ ਉਹ ਹੀ ਸੰਤਾਲੀ ਵਾਲਾ ਮਾਹੌਲ ਬਣ ਸਕਦਾ। ਹਾਂਜੀ, ਅਸੀਂ ਥੋੜ੍ਹੇ ਦਿਨ ਪਹਿਲਾਂ ਵੀ ਜਦੋਂ ਕਰੂਸੇਡ ਵਰਡ ਇਹਨਾਂ ਨੇ ਯੂਜ਼ ਕੀਤਾ ਸੀਗਾ, ਅਸੀਂ ਉਸ ਦਿਨ ਕਮਿਸ਼ਨਰ ਆਫ ਪੁਲਿਸ ਨੂੰ ਮਿਲੇ ਸੀਗੇ। ਉਸ ਦਿਨ ਵੀ ਸਾਨੂੰ 5-6 ਘੰਟੇ ਦੀ ਜੱਦੋਜਹਿਦ ਤੋਂ ਬਾਅਦ ਇਹਨਾਂ ਦੇ ਜਿਹੜੇ ਰਿਪ੍ਰਜੈਂਟੇਟਿਵ ਆ, ਅੰਕੁਰ ਨੁਰਲਾ ਮਨਿਸਟਰੀ ਦਾ ਇੱਕ ਰਿਪ੍ਰਜੈਂਟੇਟਿਵ ਹੈ ਗੌਰਵ, ਉਹਨਾਂ ਵੱਲੋਂ ਮਾਫ਼ੀਨਾਮਾ ਪ੍ਰਸ਼ਾਸਨ ਨੂੰ ਦਿੱਤਾ ਗਿਆ ਸੀਗਾ, ਜਿਹਦੀ ਕਾਪੀ ਵਾਸਤੇ ਅਸੀਂ RTI ਫਾਈਲ ਕੀਤੀ ਹੋਈ ਆ। ਔਰ ਇਹਦਾ ਕਾਰਨ ਇਹ ਹੈ ਕਿ 2 ਸਾਲ ਪਹਿਲਾਂ ਵੀ ਇਹਨਾਂ ਨੇ ਜਿਹੜਾ ਕਰੂਸੇਡ ਵਰਡ ਆ ਉਹ ਯੂਜ਼ ਕੀਤਾ ਸੀਗਾ ਗੁਰਦਾਸਪੁਰ, ਔਰ ਉਦੋਂ ਵੀ ਅਸੀਂ ਇਤਰਾਜ਼ ਜਤਾਇਆ ਸੀ ਅਤੇ ਪ੍ਰਸ਼ਾਸਨ ਨੇ ਸਾਨੂੰ ਇੱਕ ਮਾਫ਼ੀਨਾਮਾ ਦਿੱਤਾ ਸੀਗਾ, ਪਰ ਉਸ ਤੋਂ ਬਾਅਦ ਨਾ ਤਾਂ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ, ਨਾ ਇਹ ਆਪਣੀਆਂ ਆਦਤਾਂ ਤੋਂ ਹਟੇ। ਹੁਣ ਇੱਥੇ ਜਦੋਂ ਸਾਰੀ ਗੱਲਬਾਤ ਚੱਲ ਰਹੀ ਹੈ, ਇਹਦੇ ਵਿੱਚ ਨਾ ਮੈਂ ਇੱਕ ਛੋਟੀ ਜਿਹੀ ਚੀਜ਼ ਐਡ ਕਰਨੀ ਚਾਹਾਂਗਾ। ਕਰੂਸੇਡ ਦੀ ਹਿਸਟਰੀ ਦੇ ਵਿੱਚੋਂ ਇੱਕ ਟੌਪਿਕ ਆ, ਇੱਕ ਕੈਰਨ ਆਰਮਸਟਰੋਂਗ ਦੀ ਕਿਤਾਬ ਆ ਹੋਲੀ ਵਾਰ, ਉਹ ਐਂਕਰ ਬੁੱਕਸ ਦੀ ਪਬਲੀਕੇਸ਼ਨ ਆ, ਉਹਦੇ ਪੇਜ ਨੰਬਰ 3 ਤੇ ਲਿਖਿਆ ਹੋਇਆ ਕਿ ਕਰੂਸੇਡ ਜਿਹੜੀ ਆ ਉਹਦੇ ਵਿੱਚ ਜਿਹੜਾ ਪੋਪ ਅਰਬਨ 2 ਜਿਹਨੇ ਸਭ ਤੋਂ ਪਹਿਲਾਂ 27 ਨਵੰਬਰ 1095 ਦੇ ਵਿੱਚ ਕਰੂਸੇਡ ਦੀ ਕਾਲ ਦਿੱਤੀ। मुख्यमंत्री के आदेश के बाद पुलिस नशे को लेकर गंभीर हो गई है। बता दें कि एक बार फिर पुलिस ने सर्च ऑपरेशन चलाया, खासकर उन इलाकों में जहां खबरें आ रही थी कि इन इलाकों में भारी मात्रा में नशा बेचा जाता है। डीएसपी शमशेर सिंह ने के नेतृत्व में एक टीम ने अंबेडकर नगर में उन घरों की तलाशी ली है और साथ ही छापेमारी की, जिन पर नशीली दवाइयों के कारोबार से जुड़े होने का संदेह था और जहां पहले ही मामला दर्ज है। और साथ ही डीएसपी शमशेर सिंह ने कहा कि पहले बड़ी संख्या में इस क्षेत्र में अपराधी इकट्ठा होते थे, लेकिन पिछले कुछ दिनों से पुलिस द्वारा गश्त और सतर्कता बढ़ाए जाने के कारण अब ऐसी स्थिति नहीं बनती है। नशे के खिलाफ एक्शन मोड में नजर आई पुलिस। फरीदकोट की तस्वीरें हैं जहां पर शहर में चलाया गया सर्च ऑपरेशन अभियान, और साथ ही डीएसपी शमशेर सिंह ने यह जानकारी दी कि जिन घरों के लोगों पर संदेह था उनके घर छापेमारी की गई, शहर में चलाया गया सर्च ऑपरेशन अभियान। डीएसपी शमशेर सिंह ने दी जानकारी। फरीदकोट की तस्वीरें हैं, नशे के खिलाफ एक्शन मोड में पुलिस नजर आ रही है, शहर में चलाया गया सर्च ऑपरेशन अभियान। डीएसपी शमशेर सिंह ने दी जानकारी। तस्वीरें फरीदकोट से हैं जहां पर नशे के खिलाफ एक्शन मोड में पुलिस नजर आ रही है। माननीय चीफ मिनिस्टर साहब पंजाब ते डीजीपी साहब पंजाब वालों ਜੋ ਹਦਾਇਤਾਂ ਡਰੱਗ 'ਤੇ ਦਿੱਤੀਆਂ ਗਈਆਂ, ਇਹ ਡਰੱਗ ਪ੍ਰੋਨ ਏਰੀਆ ਮੰਨਿਆ ਜਾਂਦਾ, ਅੰਬੇਦਕਰ ਨਗਰ ਇਹਨੂੰ ਕਹਿੰਦੇ ਆ ਫਰੀਦਕੋਟ ਦਾ। ਇੱਥੇ ਸ਼ਿਕਾਇਤ ਸੀ ਪਹਿਲਾਂ 100-100 ਮੁੰਡਾ ਇਕੱਠਾ ਹੁੰਦਾ ਸੀਗਾ, ਹੁਣ ਤੁਸੀਂ ਖੁਦ ਹੀ ਘੁੰਮ ਕੇ ਦੇਖ ਲਿਆ, ਇੱਥੇ ਅਸੀਂ ਕਈ ਟਾਈਮ ਮਤਲਬ ਕਿ ਜਾਂਦੇ ਹਾਂ ਔਰ PCR ਇੱਥੇ ਤੈਨਾਤ ਕਰਕੇ ਰੱਖਿਆ, ਜਿਹਦੀ ਵਜ੍ਹਾ ਕਰਕੇ ਜਿਹੜਾ ਹੁਣ ਇੱਥੇ ਕਾਫੀ ਜ਼ਿਆਦਾ ਕੰਟਰੋਲ ਹੈ। ਅਸੀਂ ਉਸੇ ਲਾਈਨ 'ਚ ਕੰਮ ਕਰਦੇ ਹੋਇਆ SSP ਸਾਹਿਬ ਫਰੀਦਕੋਟ ਵੱਲੋਂ ਜਿਹੜੇ ਸਾਨੂੰ ਆਰਡਰ ਦਿੱਤੇ ਗਏ ਆ, ਜਿਹੜਾ ਵੀ ਕੋਈ ਡਰੱਗ ਪ੍ਰੋਨ ਏਰੀਆ ਹੈਗਾ ਉੱਥੇ ਇਹਨੂੰ ਮਤਲਬ ਕਿ ਖਤਮ ਕਰੋ।
तरन तारण में चोरों और लुटेरों का आतंक लगातार बढ़ता जा रहा है और चोर लगातार बेखौफ होकर वारदातों को अंजाम दे रहे हैं। ताजा मामला कस्बा फतेहाबाद के सरदारा मोहल्ले के सामने आया है, जहां पर पुलिस चौकी से महज 400 मीटर की दूरी पर एक महिला जज के घर को चोरों ने निशाना बनाया और घर में रखे लगभग 35 लाख रुपए के गहने लेकर फरार हो गए। सारी घटना घर के सीसीटीवी कैमरे में कैद हो गई। पुलिस ने मामले को लेकर जांच शुरू कर दी है। ਮੇਰੇ ਵਾਈਫ ਵਰਕ ਕਰ ਰਿਹਾ ਜਾਂ ਜੁਡੀਸ਼ੀਅਲ ਮੈਜਿਸਟਰੇਟ ਫਿਰੋਜ਼ਪੁਰ ਜੀ। ਅਤੇ ਕੱਲ੍ਹ ਦੀ ਹੈਗੀ ਹੈ ਘਟਨਾ, ਅਰਾਊਂਡ 3 PM 3 ਵਜੇ ਦਾ ਟਾਈਮ ਹੈ। ਅਤੇ ਉਹਦੇ 'ਚ ਜੋ ਮਤਲਬ CCTV 'ਚ ਨਜ਼ਰ ਆ ਰਿਹਾ ਕਿ ਦੋ ਮਤਲਬ ਨਕਾਬ ਪੋਸ਼ ਹੈਗੇ ਆ ਵਿਅਕਤੀ ਜਿਹੜੇ ਗੇਟ ਟੱਪ ਕੇ ਅੰਦਰ ਆ ਰਹੇ ਆ, ਅਤੇ ਉਹ ਮਤਲਬ ਗੇਟ ਜਿਹੜਾ ਹੈਗਾ ਮੇਨ ਐਂਟਰੈਂਸ ਹੈ ਘਰ ਦੀ ਉਹ ਲੋਕ ਨਹੀਂ ਤੋੜਦੇ, ਅੰਦਰ ਜਿਹੜਾ ਲੋਕ ਹੈ ਉਹਨੂੰ ਤੋੜਦੇ ਆ। 7-8 ਮਿੰਟ 'ਚ ਉਹ ਤਕਰੀਬਨ ਉਹ ਐਂਟਰ ਕਰ ਜਾਂਦੇ ਆ, ਅਤੇ ਫਿਰ ਮਤਲਬ ਅੰਦਰ ਤਾਂ ਕੋਈ ਸਾਡੇ ਕੋਲ CCTV ਨਹੀਂ ਹੈ, ਬਟ ਉਹ ਤੋਂ ਮਤਲਬ ਅਪਰੋਕਸੀਮੇਟਲੀ 12 ਮਿੰਟ ਵਿੱਚ ਉਹ ਸਾਰੀ ਘਟਨਾ ਨੂੰ ਅੰਜਾਮ ਦੇ ਕੇ, ਅਤੇ ਵਾਪਸ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਹੋਰ ਹੁੰਦਾ ਬਾਹਰ। ਮੈਂ ਇੱਥੇ ਫਤਿਹਾਬਾਦ 'ਚ ਪਿਛਲੇ 40-45 ਸਾਲ ਤੋਂ ਪ੍ਰੈਕਟਿਸ ਕਰ ਰਿਹਾ, ਪ੍ਰਾਈਵੇਟ ਪ੍ਰੈਕਟਿਸ ਕਲੀਨਿਕ ਮੇਰਾ, ਔਰ ਕੱਲ੍ਹ ਦੀ ਗੱਲ ਆ, 17 ਤਰੀਕ ਦੀ, ਅਤੇ ਉਹ ਜਿਵੇਂ ਮੈਂ ਕਲੀਨਿਕ 'ਤੇ ਜਾਂਦਾ 11 ਵਜੇ ਨਾ ਸਵੇਰੇ, ਅਤੇ ਮੈਂ ਫਿਰ ਮੁੜ ਕੇ ਸਾਰਾ ਦਿਨ ਉੱਥੇ ਰਿਹਾ, ਸ਼ਾਮੀ 6 ਵਜੇ ਆਇਆ, ਅਤੇ ਬਾਹਰੋਂ ਜਿੰਦਰਾ ਖੋਲ੍ਹ ਕੇ ਜਦੋਂ ਮੈਂ ਅੰਦਰ ਆਇਆ ਤਾਂ ਵੇਖਿਆ ਵੀ ਜਿਹੜਾ ਅੰਦਰਲਾ ਦਰਵਾਜ਼ਾ ਵਿਹੜੇ ਦਾ ਅੰਦਰ ਐਂਟਰੀ ਜਿੱਥੇ ਹੁੰਦੀ ਹੈ ਉਹਦਾ ਕੁੰਡਾ ਟੁੱਟਿਆ ਅਤੇ ਜਿੰਦਰਾ ਵੱਢ ਕੇ ਥੱਲੇ ਸੁੱਟਿਆ, ਅਤੇ ਮੈਂ ਆਖਿਆ ਵੀ ਕੋਈ ਵਾਰਦਾਤ ਹੋ ਗਈ ਹੈ ਜਿਹੜਾ ਕਿਸੇ ਨੇ ਇੱਦਾਂ, ਕੋਈ ਚੋਰੀ ਹੈ। ਅੰਦਰ ਆਇਆ ਅਤੇ ਫਿਰ ਮੈਂ ਅੰਦਰਲੇ ਕਮਰੇ 'ਚ ਗਿਆ, ਸਟੋਰ ਵੇਖਿਆ ਅਤੇ ਉੱਥੇ ਜਿਹੜੀਆਂ ਉਸ ਵੇਲੇ ਸਰਦਾਰ ਬਲਵੀਰ ਸਿੰਘ ਪੁੱਤਰ ਖੇਮ ਸਿੰਘ ਉਹ ਡਾਕਟਰ ਨੇ, ਇੱਥੇ ਉਹਨਾਂ ਦਾ ਕਲੀਨਿਕ ਆ, ਅਤੇ ਉਹਨਾਂ ਨੇ ਦੱਸਿਆ ਗਿਆ ਵੀ ਸਾਡੇ ਅੱਜ ਦੁਪਹਿਰੇ ਕੋਈ ਬੰਦੇ ਆਣ ਕੇ ਅਣ ਪਛਾਤੇ ਘਰ ਵੜ ਗਏ ਆ ਅਤੇ ਅਲਮਾਰੀ 'ਚ ਤਾਲੇ ਟੁੱਟਿਆ, ਪਰ ਇਹ ਨਹੀਂ ਪਤਾ ਕੀ ਲੈ ਕੇ ਗਏ। ਸਵੇਰੇ ਮੁੜ ਕੇ ਫਿਰ ਜਦੋਂ ਰਾਤ ਵੀ ਮੌਕਾ ਵੇਖਿਆ, ਸਵੇਰੇ ਆ ਕੇ ਪਤਾ ਲੱਗਿਆ ਵੀ ਮੈਂ ਸ਼੍ਰੀਮਤੀ ਪ੍ਰਨੀਤ ਕੌਰ ਨੇ ਜੋ ਜੱਜ ਲੱਗੇ ਨੇ ਉੱਥੇ ਫਿਰੋਜ਼ਪੁਰ, ਅਤੇ ਉਹਨਾਂ ਨੇ ਆਣ ਕੇ ਫਿਰ ਆਪਣਾ ਚੈੱਕ ਚੁੱਕ ਕੀਤਾ ਸਾਰਾ ਘਰ ਦਾ ਸਮਾਨ ਵਗੈਰਾ, ਉਹ ਆਪ ਇੱਥੇ ਨਹੀਂ ਰਹਿੰਦੇ, ਅੰਮ੍ਰਿਤਸਰ ਰਹਿੰਦੇ ਆ, ਅਤੇ ਬਲਵੀਰ ਸਿੰਘ ਇਕੱਲੇ ਇੱਥੇ ਰਹਿੰਦੇ ਜੀ। ਉਹਦੇ ਵਿੱਚ ਜਾ ਕੇ ਤਾਂ ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਕੁਝ ਗਹਿਣੇ ਚਲੇ ਗਏ ਆ, ਨਾਲ ਚਾਂਦੀ ਦੇ ਕੋਈ 5 ਕੁ ਤੋੜੇ ਚਲ ਗਿਆ ਅਤੇ 5,000 ਰੁਪਇਆ ਨਗਦ ਚਲ ਗਿਆ ਵਾ। ਜਿਹਦੇ ਸੰਬੰਧੀ ਅੱਜ ਮੌਕਾ ਵੇਖ ਕੇ ਅਤੇ ਤਸਦੀਕ ਪੜਤਾਲ ਸ਼ੁਰੂ ਕੀਤੀ ਹੈ, ਮੁਕੱਦਮਾ ਨੰਬਰ 112 ਦਰਜ ਕੀਤਾ ਗਿਆ ਵਾ। ਅੱਗੇ ਤੁਸੀਂ ਲਿਆਂਦੇ ਗਏ CCTV ਫੁਟੇਜ ਵੇਖ ਕੇ ਜਿਹੜੇ ਦੋਸ਼ੀ ਆ ਉਹਨੂੰ ਜਲਦੀ ਜਲਦੀ ਟਰੇਸ ਕਰਕੇ ਅਗਲੇ बरनाला शहर के बीचोंबीच रिहायशी इलाकों में वेटरनरी अस्पताल में खंडहर पड़ी इमारत में देर रात अचानक आग लग गई, जिसे मोहल्ला निवासियों और दमकल विभाग की गाड़ियों ने कड़ी मशक्कत के बाद आग पर काबू पा लिया। आग लगने के कारणों का फिलहाल पता नहीं चल पाया है। मोहल्ले वालों ने कहा कि इस खंडहर इमारत में
गंदगी का ढेर लगा है, लोग दूर दूर से गंदगी का ढेर कूड़ा करकट यहाँ फेंक देते हैं और ये नशे का गढ़ भी बना हुआ है। खंडहर की टूटी दीवारों में नशेड़ी रात के अंधेरे में घुसकर यहाँ नशा करते हैं और कई आपत्तिजनक गलत और कूड़ा करकट जहाँ फेंक कर जाते हैं। ਸਰਜੀ ਚਿੰਟੂ ਰੋਡ ਹੈ, ਇਹ ਡੰਗਰਾਲਾ ਹਸਪਤਾਲ ਹੈ ਸਰਕਾਰੀ। ਇੱਥੇ ਮੁਹੱਲਾ ਕਲੀਨਿਕ ਖੋਲਿਆ ਗਿਆ ਪਰ ਉਹਦੇ ਨਾਲ ਹੀ ਸਾਂਝੀ ਕੰਧ ਲੱਗਦੀ, ਬਹੁਤ ਕਬਾੜ ਬਣਿਆ ਪਿਆ ਉਸ ਕੁਆਟਰਾਂ ਦਾ, ਜੇਕਰ ਲੋਕ ਵੀ ਕੂੜੇ ਰੇਹੜੀਆਂ ਵਾਲੇ ਵੀ ਇੱਥੇ ਕੂੜਾ ਸਿੱਟ ਕੇ ਜਾਂਦੇ ਨੇ ਅਤੇ ਅੱਜ ਸਵੇਰ ਦੀ ਇੱਥੇ ਅੱਗ ਲੱਗੀ ਪਈ ਹੈ ਅਤੇ ਬਹੁਤ ਬੁਰਾ ਹਾਲ ਚੱਲ ਰਿਹਾ ਇੱਥੇ, ਜਿਹਦੇ ਨਾਲ ਕਿ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇੱਕ ਪਾਸੇ ਤਾਂ ਆਪਾਂ ਮੁਹੱਲਾ ਕਲੀਨਿਕ ਖੋਲ੍ਹ ਰਹੇ ਹਾਂ, ਦੂਸਰੇ ਪਾਸੇ ਆਪਾਂ ਗੰਦਗੀ ਦਾ ਢੇਰ ਲਾ ਰਹੇ ਹਾਂ ਇੱਥੇ, ਉਹਦੀ ਕੋਈ ਸੁਣਵਾਈ ਨਹੀਂ ਹੋ ਰਹੀ। ਪੰਜਾਬ ਸਰਕਾਰ ਨੂੰ ਕਿ ਵੈਟਰਨਰੀ ਹਸਪਤਾਲ ਵਾਲੇ ਡਾਕਟਰਾਂ ਨੂੰ ਵੀ ਸਭ ਪਤਾ ਇਸ ਹਾਲ ਦਾ, ਪਰ ਕੋਈ ਸੁਣਵਾਈ ਨਹੀਂ ਕਰ ਰਿਹਾ। ਜਿੱਥੇ ਕਿ ਇਹਦਾ ਹਾਲ ਆ, ਜਲਦੀ ਹੱਲ ਹੋਣਾ ਚਾਹੀਦਾ, ਨਹੀਂ ਤਾਂ ਇਹ ਬਿਮਾਰੀਆਂ ਦਾ ਘਰ ਹੋਰ ਵੀ ਬਣ ਜਾਣਾ। ਆਉਣ ਜਾਣ ਵਾਲੇ ਪੱਧਰ ਨੂੰ ਬੰਦਿਆਂ ਨੂੰ ਦਿੱਕਤ ਆਉਂਦੀ ਆ, ਸਾਹਮਣੇ ਰਹਿਣ ਵਾਲਿਆਂ ਨੂੰ ਬੜੀ ਪਰੇਸ਼ਾਨੀ ਹੋ ਰਹੀ ਹੈ। ਇਹ ਵੈਟਰਨੀ ਵੀ ਹੋਸਪਿਟਲ ਦੀ ਜਗ੍ਹਾ ਹੈ, ਸਰਕਾਰੀ ਜਗ੍ਹਾ ਹੈ। ਇਹ ਅੱਗ ਸਵੇਰ ਤੋਂ ਲੱਗੀ ਹੋਈ ਹੈ, ਇਹ ਖੰਡਰ ਬਣਿਆ ਹੋਇਆ, ਤੁਸੀਂ ਦੇਖ ਸਕਦੇ ਹੋ ਤੁਹਾਡੇ ਪਿੱਛੇ। ਇਹਦੇ ਵਿੱਚ ਗੰਦ ਕੂੜਾ ਡੇਲੀ ਦੇ ਡੇਲੀ ਸੁੱਟਿਆ ਜਾਂਦਾ ਹੈ, ਜਿਹਦੀ ਕੋਈ ਸੁਣਵਾਈ ਨਹੀਂ ਹੋ ਰਹੀ। ਅਸੀਂ ਬਹੁਤ ਵਾਰੀ ਐਪਲੀਕੇਸ਼ਨ ਵੀ ਦਿਆਈ ਲਿਖ ਕੇ ਹੋਸਪਿਟਲ ਦੇ ਵਿੱਚ ਵੀ, ਕਮੇਟੀ ਦੇ ਵਿੱਚ ਵੀ, ਜਿਹਦੀ ਕੋਈ ਸੁਣਵਾਈ ਨਹੀਂ ਹੋ ਰਹੀ। ਅਸੀਂ ਮੀਤ ਸਰ ਨੂੰ ਵੀ ਕਿਹਾ, ਕੋਈ ਸੁਣਵਾਈ ਨਹੀਂ ਹੋ ਰਹੀ ਇਸਦੀ। ਇਹਦੇ ਵਿੱਚ ਨਸ਼ੇੜੀ ਤੱਕ ਆਉਣ ਲੱਗ ਗਏ ਔਰ ਰਾਤ ਇੱਥੇ ਵਸਦੇ ਲੋਕਾਂ ਨੂੰ ਬਹੁਤ ਔਖਾ ਹੋ ਰਿਹਾ ਹੈ। ਅੱਜ ਸਵੇਰ ਤੋਂ ਇੱਥੇ ਅੱਗ ਲੱਗੀ ਹੋਈ ਹੈ, ਜੋ ਕਿ ਹੁਣ ਫਾਇਰ ਬ੍ਰਿਗੇਡ ਵਾਲੇ ਆ ਕੇ ਰਾਤ ਨੂੰ ਇੱਥੇ ਬੁਝਾ ਕੇ ਗਏ ਨੇ। पंजाब के मुख्यमंत्री भगवंत मान ने सभी जिलों के एसएसपी, पुलिस कमिश्नर और पंजाब पुलिस के वरिष्ठ अधिकारियों के साथ बैठक की। इस दौरान उन्होंने कानून व्यवस्था से जुड़े विभिन्न मुद्दों पर चर्चा की। इस दौरान उन्होंने सबसे पहले उन्होंने नशे को लेकर और सख्ती बरतने को कहा। सीएम मान ने निर्देश दिए कि तस्करों की संपत्ति कुर्क की जाए। सांसद चरणजीत सिंह चन्नी ने संसद कार्यालय का कार्यभार संभाल लिया है। वहीं आपको बता दें कि जालंधर से लोकसभा चुनाव जीते हैं। सांसद चन्नी ने संभाला कार्यभार, देख सकते हैं कि लोकसभा चुनाव में जालंधर से जीते थे चरणजीत सिंह चन्नी और साथ ही जिसके बाद सांसद चन्नी ने संभाला कार्यभार। आम आदमी विधायक दिनेश कुमार चड्ढा का बयान सामने आया। उन्होंने कहा कि सुनील जाखड़ साहब, केंद्र ने पंजाब मंडी बोर्ड का करोड़ों का फंड रोक दे रखा है और साथ ही जाखड़ साहब और बिट्टू को अब फैसला लेना चाहिए कि वो किस तरफ खड़े होंगे, पंजाब के साथ या केंद्र सरकार की तानाशाही के साथ।
ਪੰਜਾਬੀ ਕਹਾਉਂਦੇ ਹੈ, ਜੇ ਕਿਸਾਨਾਂ ਦੇ ਨੁਮਾਇੰਦੇ ਕਹਾਉਂਦੇ ਹੈ, ਜੇ ਪੰਜਾਬ ਦੇ ਨੁਮਾਇੰਦੇ ਕਹਾਉਂਦੇ ਹੈ, ਤਾਂ ਤੁਸੀਂ ਆਪਣੇ ਸਾਹਮਣੇ ਕਿਵੇਂ ਦੇਖ ਸਕਦੇ ਹੈ ਪੰਜਾਬ ਦੀਆਂ ਸਰਕਾਰੀ ਮੰਡੀਆਂ ਨੂੰ ਬਰਬਾਦ ਹੁੰਦੇ ਹੋਏ ਦੇਖ ਕੇ, ਪੰਜਾਬ ਦੇ ਸਰਕਾਰੀ ਮੰਡੀ ਸਿਸਟਮ ਨੂੰ ਜਾਖੜ ਸਾਹਿਬ ਤੁਸੀਂ ਬਰਬਾਦ ਹੁੰਦਾ ਹੋਇਆ ਕਿਵੇਂ ਦੇਖ ਸਕਦੇ ਹੈ? ਤੁਹਾਡੀ ਆਪਣੀ ਕੇਂਦਰ ਦੀ ਸਰਕਾਰ ਪੰਜਾਬ ਦੀਆਂ ਮੰਡੀਆਂ ਦੇ ਪੈਸੇ ਰੋਕ ਕੇ, ਪੰਜਾਬ ਦੀਆਂ ਮੰਡੀਆਂ ਦੇ ਵਿਕਾਸ ਦੇ ਪੈਸੇ ਰੋਕ ਕੇ ਜੋ ਸਰਕਾਰੀ ਮੰਡੀ ਸਿਸਟਮ ਨੂੰ ਬਰਬਾਦ ਕਰ ਰਹੀ ਹੈ, ਤੁਸੀਂ ਕਿਵੇਂ ਨੂੰ ਦੇਖ ਸਕਦੇ ਹੈ? ਤੁਸੀਂ ਇਹਦੇ 'ਤੇ ਚੁੱਪ ਕਿਉਂ? ਜੋ ਕਾਰਪੋਰੇਟ, ਜੋ ਭਾਜਪਾ ਦੇ ਕਾਰਪੋਰੇਟ ਮਿੱਤਰਾਂ ਨੂੰ ਕਾਬਜ਼ ਕਰਾਉਣ ਦੀ ਮੁੜ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ, सुनील जाखड़ पर साधा निशाना, चंडीगढ़ की तस्वीरें हैं। मंडी बोर्ड के फंड को लेकर सवाल किया और साथ ही आप विधायक का बयान भी सामने आया है। सुनील जाखड़ पर कहानी है, जे किसानों के नुमाइंदे कहानी है, मंडी बोर्ड के फंड को लेकर किया सवाल, चंडीगढ़ की तस्वीरें हैं। आप विधायक का बयान भी सामने आया है और सुनील जाखड़ पर जमकर साधा निशाना। मंडी बोर्ड के फंड को लेकर सवाल किया गया और साथ ही आप विधायक का बयान भी सामने आया है। सुनील जाखड़ पर साधा निशाना। सुनील जाखड़ पर साधा निशाना और साथ ही मंडी बोर्ड के फंड को लेकर सवाल किया गया, आप विधायक का बयान भी सामने आया है। सुनील जाखड़ पर साधा निशाना, आप देख सकते हैं, मंडी बोर्ड के फंड को लेकर सवाल किया गया, आप विधायक का बयान भी सामने आया है। बीएसएफ ने सीमावर्ती क्षेत्र में मादक पदार्थों के साथ एक ड्रोन की मौजूदगी के बारे में जानकारी साझा की। उन्होंने बताया कि तलाशी अभियान के दौरान जवानों ने अमृतसर जिले के रूनलवाला गांव से सटे इलाके से 550 ग्राम हेरोइन के साथ एक ड्रोन सफलतापूर्वक बरामद किया। मादक पदार्थ पीले रंग के चिपकने वाले टेप और साथ ही एक धातु की अंगूठी और एक छोटी टोर्च भी हुई थी। अगली खबर संगरूर से है, जहां पर गुरमीत सिंह ने विधायक पद से इस्तीफा दे दिया।
और साथ ही गुरमीत सिंह मीत मेहर हेयर ने संगरूर से सांसद चुने जाने के बाद आज उन्होंने विधायक पद से इस्तीफा दे दिया। उन्होंने कहा कि मैं बरनाला निर्वाचन क्षेत्र के निवासियों को हमेशा ऋणी रहूंगा, जिन्होंने मेरी राजनीतिक यात्रा के पहले चरण से ही मेरा लगातार समर्थन किया। अब मैं बरनाला संगरूर निवासियों और पंजाबियों की आवाज को देश की संसद में उठाने का विश्वास दिलाता हूं। गुरमीत सिंह हेयर ने संगरूर से सांसद चुने जाने के बाद उन्होंने विधायक पद से इस्तीफा दे दिया। उन्होंने कहा कि मैं बरनाला निर्वाचन क्षेत्र के निवासियों का हमेशा ऋणी रहूंगा, जिन्होंने मेरी राजनीतिक यात्रा के पहले चरण से ही मेरा लगातार समर्थन किया। अब मैं बरनाला संगरूर निवासियों और पंजाबियों की आवाज को देश के संसद में उठाने का विश्वास दिलाता हूं। सीएम के आदेश के बाद अब लगता है कि पुलिस नशे को लेकर काफी ज्यादा गंभीर हो गई है। देर शाम एक बार फिर पुलिस ने सर्च ऑपरेशन चलाया। डीएसपी शमशेर सिंह के नेतृत्व में एक टीम ने अंबेडकर नगर में उन घरों की तलाशी के लिए छापेमारी की। डीएसपी शमशेर सिंह ने कहा कि पहले बड़ी संख्या में अपराधी इकट्ठा होते थे, लेकिन पिछले कुछ दिनों से पुलिस द्वारा गश्त और सतर्कता बढ़ाए जाने के कारण अब ऐसी स्थिति नहीं बनती है। डीजीपी पंजाब और सरकार के आदेशों के बाद पूरे पुलिस नशे पर नियंत्रण लगाने का प्रयास कर रही है। इन्हां जी माननीय चीफ मिनिस्टर साहब पंजाब ते डीजीपी साहब पंजाब वालों जो हदायतां ਡਰੱਗ 'ਤੇ ਦਿੱਤੀਆਂ ਗਈਆਂ, ਇਹ ਡਰੱਗ ਪ੍ਰੋਨ ਏਰੀਆ ਮੰਨਿਆ ਜਾਂਦਾ, ਅੰਬੇਦਕਰ ਨਗਰ ਨੂੰ ਕਹਿੰਦੇ ਆ ਫਰੀਦਕੋਟ ਦਾ। ਇੱਥੇ ਸ਼ਿਕਾਇਤ ਸੀ ਪਹਿਲਾਂ 100-100 ਮੁੰਡਾ ਇਕੱਠਾ ਹੁੰਦਾ ਸੀਗਾ, ਹੁਣ ਤੁਸੀਂ ਖੁਦ ਹੀ ਘੁੰਮ ਕੇ ਦੇਖ ਲਿਆ। ਇੱਥੇ ਅਸੀਂ ਕਈ ਟਾਈਮ ਮਤਲਬ ਕਿ ਜਾਂਦੇ ਹਾਂ ਔਰ PCR ਇੱਥੇ ਤੈਨਾਤ ਕਰਕੇ ਰੱਖਿਆ, ਜਿਹਦੀ ਵਜ੍ਹਾ ਕਰਕੇ ਜਿਹੜਾ ਹੁਣ ਇੱਥੇ ਕਾਫੀ ਜ਼ਿਆਦਾ ਕੰਟਰੋਲ ਹੈ। ਅਸੀਂ ਉਸੇ ਲਾਈਨ 'ਚ ਕੰਮ ਕਰਦੇ ਹੋਇਆ SSP ਸਾਹਿਬ ਫਰੀਦਕੋਟ ਵੱਲੋਂ ਜਿਹੜੇ ਸਾਨੂੰ ਆਰਡਰ ਦਿੱਤੇ ਗਏ ਆ ਕਿ ਜਿਹੜਾ ਵੀ ਕੋਈ ਡਰੱਗ ਪ੍ਰੋਨ ਏਰੀਆ ਹੈਗਾ ਉੱਥੇ ਇਹਨੂੰ ਮਤਲਬ ਕਿ ਖਤਮ ਕਰੋ। ਫਿਰੋਜ਼ਪੁਰ ਮੇਂ ਇੱਕ ਸ਼ਖਸ ਨੇ ਆਪਣੀ ਪਤਨੀ ਕੇ ਅਵੈਧ ਸੰਬੰਧੋਂ ਸੇ ਪਰੇਸ਼ਾਨ ਹੋਕਰ ਜਾਨ ਦੇਨੇ ਕਾ ਖੌਫਨਾਕ ਕਦਮ ਉਠਾ ਲਿਆ। ਮ੍ਰਿਤਕ ਆਪਣੀ ਪਤਨੀ ਕੀ ਹਰਕਤੋਂ ਸੇ ਤੰਗ ਆ ਗਿਆ ਥਾ ਔਰ ਜਿਸਕੇ ਚਲਤੇ ਉਸਨੇ ਜ਼ਹਿਰੀਲਾ ਪਦਾਰਥ ਖਾਕਰ ਆਪਣੀ ਹੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਪੂਰੇ ਮਾਮਲੇ ਕੋ ਲੇਕਰ ਪੁਲਿਸ ਨੇ ਮ੍ਰਿਤਕ ਕੀ ਪਤਨੀ ਕੋ ਗ੍ਰਿਫਤਾਰ ਕਰ ਲਿਆ। ਘਰੇ ਆਉਂਦਾ ਸੀ ਪਤਾ ਨੀ 2-2.5 ਮਹੀਨੇ ਪਿੱਛੋਂ ਆਇਆ, ਉਹ ਰਾਹ ਵਿੱਚ ਆ ਕੇ ਉਹਨੇ ਕਿਤੇ ਰਾਹ ਚੋਂ ਗੋਲੀਆਂ ਲੈ ਲਈਆਂ ਵੀ ਤੁਸੀਂ ਪਿੰਡ ਛੱਡ ਦਿਓ। ਉਹਨੇ ਪਰੇਸ਼ਾਨ ਤਾਂ ਬੁੜੀ ਤੋਂ ਸੀ ਤੇ 2-3 ਬੁੜੀਆਂ ਨੇ ਵੀ ਨਾਲ ਉਹਨੂੰ ਤੰਗ ਕੀਤਾ ਵੀ ਉਹ ਜਿਹੜੀ ਵਹੁਟੀ ਸੀ ਉਹਦੀ, ਇੱਕ ਉਹਦੀ ਭੂਆ ਸੀ, ਇੱਕ ਜਿਹੜੀ ਮੁੰਡਾ ਗਿਆ ਲੈ ਕੇ ਗਿਆ ਉਹਦੀ ਮਾਂ ਹੈ, ਮਤਲਬ ਉਹਨਾਂ ਦੇ ਵੀ ਉਹਨੇ ਨਾਮ ਵਿੱਚ ਮੋਬਾਈਲ 'ਤੇ ਲਿਖਿਆ ਹੋਇਆ ਤੇ ਉਹਨਾਂ ਤੋਂ ਪਰੇਸ਼ਾਨ ਹੋ ਕੇ ਖਾਧੀਆਂ, ਕੋਈ 2 ਵਿੱਚ ਵੀਡੀਓ ਉਹਨੂੰ ਵਿਖਾਈਆਂ ਨੇ। ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ, ਮੈਂ ਪੰਡਿਆ ਦੀ ਖਤਰੀਆਂ ਦਾ ਰਹਿਣ ਵਾਲਾ ਜੀ।
ਉਹ ਮੇਰਾ ਸਾਲਾ ਸੀ ਜੀ, ਮਿੱਠੇ ਪਿੰਡ ਤੋਂ ਸੁਖਵਿੰਦਰ ਸਿੰਘ। ਉਹ ਟਰੱਕ ਡਰਾਈਵਰ ਸੀਗਾ ਜੀ, ਅਤੇ ਉਹ ਟਰੱਕ ਦੇ ਡਰਾਈਵਰੀ ਕਾਰਨ ਉਹ ਦੋ ਦੋ ਤਿੰਨ ਤਿੰਨ ਮਹੀਨੇ ਬਾਅਦ ਰਹਿੰਦਾ ਸੀਗਾ ਘਰ ਤੋਂ, ਅਤੇ ਉਹਦੇ ਘਰ ਵਾਲੀ ਪਿੱਛੋਂ ਆਪਦੇ ਆਸ਼ਕਾਂ ਨਾਲ ਘਰੇ ਬੁਲਾ ਲੈਂਦੀ ਸੀ, ਗਲਤ ਰਿਲੇਸ਼ਨ ਰੱਖਦੀ ਸੀ, ਅਤੇ ਕੁਛ ਦਿਨ ਪਹਿਲਾਂ ਉਹ ਆਪਣੇ ਆਸ਼ਕਾਂ ਦੇ ਨਾਲ ਘਰੋਂ ਖਰਾਬ ਹੋ ਗਈ, ਦੋਨੇ ਬੱਚੇ ਘਰ ਛੱਡ ਗਈ। ਰਾਤ ਨੂੰ ਵਿਆਹ ਹੋਏ ਨੂੰ ਜੀ 6-7 ਸਾਲ ਹੋ ਗਏ ਆ। फिलहाल इस बुलेटिन में इतना ही। ज्यादा खबरों के लिए बने रहिए हमारे साथ। नमस्कार।